ਗਰਡਿੰਗ ਸਟੂਡੈਂਟਸ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਲਾਈਟ ਹਾਊਸ ਆਫ ਮੈਥ ਵਿੱਚ ਹਾਂਜੀ ਬੱਚੋ ਅੱਜ ਅਸੀਂ ਕਰਾਂਗੇ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਮੀਨਸ ਐਲ ਪੀਪੀ ਤੁਹਾਨੂੰ ਪਤਾ ਹੋਵੇਗਾ ਕਿ ਮਾਸਟਰ ਕੈਡਰ ਦੇ ਐਗਜ਼ਾਮ ਦੇ ਲਈ ਇਹ ਬਹੁਤ ਇੰਪੋਰਟੈਂਟ ਹੈ ਤੇ 2 ਮਾਰਕਸ ਦਾ ਕੁਐਸਚਨ ਇਸ ਦੇ ਵਿੱਚੋਂ ਪਕਰ ਹੈ 2 ਮਾਰਕਸ ਤੇ ਬਹੁਤ ਈਜ਼ੀ ਹੈ ਇਸ ਨੂੰ ਆਪਾਂ ਇੱਕ ਵੀਡੀਓ ਦੇ ਵਿੱਚ ਇਸਨੇ ਸਾਰੇ ਕਨਸੈਪਟਸ ਨੂੰ ਸਮਝਾਂਗੇ ਤੇ ਦੂਸਰੀ ਵੀਡੀਓਜ਼ ਦੇ ਵਿੱਚ ਅਸੀਂ ਇਸ ਦੇ ਨੰਮਰਿਕਲਸ ਐਮਸੀਕਿਊਜ਼ ਕਰਾਂਗੇ ਹਾਂਜੀ ਚਲੋ ਸ਼ੁਰੂ ਕਰਦੇ ਹਾਂ ਬੱਚੋ ਦੇਖੋ ਬੱਚੋ ਤੁਹਾਨੂੰ ਇੱਕ ਨਾ ਕੋਈ ਐਵੇਂ ਦੀ ਪ੍ਰੋਬਲਮ ਦਿੱਤੀ ਹੋਏਗੀ ਮੈਕਸੀਮਾਈਜ਼ ਔਰ ਮਿਨੀਮਾਈਜ਼ ਜ਼ ਦਿਸ ਫੰਕਸ਼ਨ ਕੋਈ ਫੰਕਸ਼ਨ ਦਿੱਤਾ ਹੋਏਗਾ ਮੀਨਸ ਅਸ ਜ਼ ਦੀ ਵੈਲਿਊ ਨੂੰ ਮੈਕਸੀਮਾਈਜ਼ ਜਾਂ ਮਿਨੀਮਾਈਜ਼ ਕਰਨਾ ਹੈ ਕਲੀਅਰ ਸਬਜੈਕਟ ਟੂ ਕਨਸਟ੍ਰੈਂਟਸ ਮੀਨ ਸਾਡੇ ਕੋਲੇ ਕੁਝ ਰਿਸਟ੍ਰਿਕਸ਼ਨਸ ਦਿੱਤੀਆਂ ਹੋਣੀਆਂ ਕੁਝ ਰੂਲਸ ਦਿੱਤੇ ਹੋਣਗੇ ਕੁਝ ਸ਼ਰਤਾਂ ਦਿੱਤੀਆਂ ਹੋਣੀਆਂ ਉਹਨਾਂ ਸ਼ਰਤਾਂ ਨੂੰ ਮੰਨ ਕੇ ਅਸੀਂ ਇਸ ਜ਼ੈਡ ਦੀ ਵੈਲਿਊ ਨੂੰ ਕੀ ਕਰਨਾ ਹੈ ਜਾਂ ਤਾਂ ਉਸਦੀ ਮੈਕਸਿਮਮ ਵੈਲਿਊ ਫਾਈਂਡ ਕਰਨੀ ਹੈ ਜੇ ਮਿਨੀਮਾਈਜ਼ ਦਿੱਤਾ ਹੋਇਆ ਤਾਂ ਮਿਨੀਮਮ ਵੈਲਿਊ ਫਾਈਂਡ ਕਰਨੀ ਹੈ ਠੀਕ ਹੈ ਇਸ ਪੂਰੀ ਪ੍ਰੋਬਲਮ ਨੂੰ ਜਦੋਂ ਇਕੱਠੇ ਦੇਖਦੇ ਆਂ ਦੈਨ ਇਸ ਪੂਰੇ ਪ੍ਰੋਬਲਮ ਨੂੰ ਇਕੱਠੇ ਦੇਖਦੇ ਆ ਉਸ ਨੂੰ ਕੀ ਕਹਿੰਦੇ ਆ ਆਪਾਂ অপਟੀਮਾਈਜੇਸ਼ਨ ਪ੍ਰੋਬਲਮ অপਟੀਮਾਈਜੇਸ਼ਨ ਪ੍ਰੋਬਲਮ ਠੀਕ ਹੈ ਜੀ ਹਾਂਜੀ ਜਦੋਂ ਅਸੀਂ ਐਲ ਪੀਪੀ ਕਰਦੇ ਹਾਂ ਤਾਂ ਕੁਝ ਟਰਮਸ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉਹਨਾਂ ਟਰਮਸ ਨੂੰ ਦੇਖਦੇ ਹਾਂ बार-बार ਕੀ ਹੁੰਦੀਆਂ ਨੇ ਉਹ ਨਾਓ ਪਹਿਲੀ ਟਰਮ ਹੈ ਆਬਜੈਕਟਿਵ ਫੰਕਸ਼ਨ ਆਬਜੈਕਟਿਵ ਫੰਕਸ਼ਨ ਕੀ ਹੁੰਦਾ ਹੈ ਬੱਚੇ ਉਹ ਹੁੰਦਾ ਹੈ ਜਿਹੜੇ ਫੰਕਸ਼ਨ ਨੂੰ ਅਸੀਂ ਦੀ ਮੈਕਸਿਮਮ ਜਾਂ ਮਿਨੀਮਮ ਵੈਲਿਊ ਫਾਈਂਡ ਕਰਨੀ ਹੁੰਦੀ ਹੈ ਮੀਨਸ ਇਹ ਜ਼ੈਡ ਇਕਵਲਸ ਟੂ ਥਿਸ ਇਸ ਨੂੰ ਅਸੀਂ ਕੀ ਬੋਲਦੇ ਹਾਂ ਆਬਜੈਕਟਿਵ ਫੰਕਸ਼ਨ ਆਬਜੈਕਟਿਵ ਫੰਕਸ਼ਨ ਠੀਕ ਹੈ ਜੀ then ਉਸ ਤੋਂ ਬਾਅਦ ਮੈਕਸੀਮਾਈਜ਼ অর ਮਿਨੀਮਾਈਜ਼ ਮੀਨਸ ਜੋ ਟਰਮ ਮੀਨਸ ਆਬਜੈਕਟਿਵ ਫੰਕਸ਼ਨ ਦੇ ਵਿੱਚ ਜਾਂ ਤਾਂ ਅਸੀਂ Z ਨੂੰ ਮੈਕਸਿਮਮ ਵੈਲਿਊ ਫਾਈਂਡ ਕਰਨੀ ਹੁੰਦੀ ਹੈ ਜਾਂ ਅਸੀਂ ਮਿਨੀਮਮ ਵੈਲਿਊ ਫਾਈਂਡ ਕਰਨੀ ਹੁੰਦੀ ਹੈ ਠੀਕ ਹੈ ਜੀ then ਉਸ ਤੋਂ ਬਾਅਦ ਆਉਂਦਾ ਹੈ ਕੰਸਟ੍ਰੈਂਟਸ ਕੰਸਟ੍ਰੈਂਟਸ ਕੀ ਹੁੰਦੇ ਜੋ ਸਾਡੇ ਕੋਲੇ ਕੁਝ ਰਿਸਟ੍ਰਿਕਸ਼ਨਸ ਕੁਝ ਸ਼ਰਤਾਂ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਅਸੀਂ ਕੀ ਬੋਲਦੇ ਹਾਂ ਉਹਨਾਂ ਨੂੰ ਕੰਸਟ੍ਰੈਂਟਸ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਜャ ਸ਼ਰਤਾਂ ਸ਼ਰਤਾਂ ਕਹਿ ਲਓ ਉਹਨਾਂ ਨੂੰ ਅਸੀਂ ਕੀ ਬੋਲਦੇ ਆ ਕਨਸਟ੍ਰੇਂਟਸ ਦੈਨ ਆਨ ਦਾ ਡਿਸੀਜਨ ਵੇਰੀਏਬਲਸ ਕੀ ਹੁੰਦੇ ਨੇ ਬੱਚੇ ਦੇਖੋ ਆਬਜੈਕਟਿਵ ਫੰਕਸ਼ਨ ਦੇ ਵਿੱਚ ਕੁਝ ਐਕਸ ਵਾਈ ਅਨਨੋਨ ਵੇਰੀਏਬਲਸ ਪਏ ਹੋਣਗੇ ਇੰਨਾ ਵੇਰੀਏਬਲਸ ਦੇ ਅਸੀਂ ਵੈਲਿਊ ਫਾਈਂਡ ਕਰਨੀ ਹੁੰਦੀ ਹੈ ਇੰਨਾਂ ਸ਼ਰਤਾਂ ਨੂੰ ਮੰਨ ਕੇ ਇਹਨਾਂ ਸ਼ਰਤਾਂ ਨੂੰ ਦੇ ਵਿੱਚ ਚਲਦਿਆਂ ਹੋਇਆ ਅਸੀਂ ਇਹਨਾਂ x ਤੇ y ਦੀ ਵੈਲਿਊ ਫਾਈਂਡ ਕਰਨੀ ਹੁੰਦੀ ਹੈ x ਤੇ y ਨੂੰ ਅਸੀਂ ਕੀ ਬੋਲਦੇ ਹਾਂ ਡਿਸੀਜਨ ਵੇਰੀਏਬਲਸ ਹਾਂਜੀ ਤੇ ਇਹ ਜੋ ਡਿਸੀਜਨ ਵੇਰੀਏਬਲਸ ਹੁੰਦੇ ਨੇ ਇਹ ਹਮੇਸ਼ਾ ਹੀ ਕੀ ਹੁੰਦੇ ਨੇ ਗ੍ਰੇਟਰ ਥੈਨ ਇਕਵਲ ਟੂ 0 ਹੁੰਦੇ ਨੇ ਕੰਸਟਰੈਂਟ ਦੇ ਵਿੱਚ 99% ਆਪਣੇ ਕੋਲੇ ਇਹ ਗ੍ਰੇਟਰ ਥੈਨ ਇਕਵਲ ਟੂ 0 ਹੀ ਦਿੱਤੇ ਹੋਣਗੇ ਤਾਂ ਕਰਕੇ ਇਹਨਾਂ ਨੂੰ ਕੀ ਬੋਲਦੇ ਆਪਾਂ ਨੋਨ 네ਗੇਟਿਵ ਰੈਸਟ੍ਰਿਕਸ਼ਨਸ ਕਲੀਅਰ ਹਾਂਜੀ ਇਹ ਸਮਝ ਆ ਗਿਆ ਹੁਣ ਅੱਗੇ ਚੱਲਦੇ ਆ ਆਪਣੇ ਕੋਲੇ ਹੋਰ ਕੁਝ ਟਰਮਸ ਆndੀਆਂ ਨੇ ਨੈਕਸਟ ਟਰਮਸ ਨੇ ਕੁਝ ਫੀਜ਼ੀਬਲ ਕਨਵੈਕਸਰ ਕਾਰਨਰ ਆਪਟੀਮਲ ਬਾਉਂਡਡ ਸੋਲੂਸ਼ਨ ਜਾਂ ਅਨਬਾਉਂਡਡ ਸੋਲੂਸ਼ਨ ਦੇਖੋ ਬੱਚੇ ਇਸ ਤਰ੍ਹਾਂ ਨਹੀਂ ਸਮਝ ਆਣੀਆਂ ਇਹਨਾਂ ਨੂੰ ਕਰਨ ਲਈ ਅਸੀਂ ਇੱਕ ਕੁਐਸਚਨ ਨੂੰ ਦੇਖਦੇ ਆ ਕੁਐਸਚਨ ਸਾਡੇ ਕੋਲ ਕੀ ਹੈ ਮੈਕਸਮਾਈਜ਼ Z ਇਕਵਲਸ ਟੂ 4X ਪਲੱਸ Y ਸਬਜੈਕਟ ਟੂ ਸਾਡੇ ਕੋਲੇ ਆਹ ਰਿਸਟ੍ਰਿਕਸ਼ਨਸ ਕੁਝ ਕਨਸਟ੍ਰੈਂਟਸ ਦੇ ਦਿੱਤੀਆਂ ਨੇ ਹਾਂਜੀ ਸਭ ਤੋਂ ਪਹਿਲਾਂ ਬੱਚੇ ਕੀ ਕਰਨਾ ਹੁੰਦਾ ਅਸੀਂ ਇਹਨਾਂ ਜੋ ਕੰਸਟ੍ਰੈਂਟਸ ਦਿੱਤੇ ਨੇ ਅਸੀਂ ਇਹਨਾਂ ਨੂੰ ਡਰਾ ਕਰਨਾ ਹੁੰਦਾ ਹੈ ਡਰਾ ਕਰਨ ਲਈ ਪਹਿਲਾਂ ਬੱਚੇ ਦੇਖੋ x 0 y 0 ਹੈ ਤਾਂ ਇਸ ਦਾ ਮਤਲਬ ਕੀ ਹੁੰਦਾ ਕਿ ਇਹ ਹਮੇਸ਼ਾ ਹੀ ਫਰਸਟ ਕੁਆਡਰੈਂਟ ਦੇ ਵਿੱਚ ਡਰਾ ਹੋਏਗਾ ਕਲੀਅਰ ਨਾਓ ਫਰਸਟ ਇਕੁਏਸ਼ਨ ਨੂੰ ਅਸੀਂ ਡਰਾ ਕਰਦੇ ਹਾਂ x y 50 हाँ जी देखो इतने लैस दैन इक्वल्स टू द साइन दायंस बट तुम्हें इनक्वैलिटी नहीं लैनी तोलिटी लेनी है क्लीयर ड्रा कर दैन ड्रा किमें करा पेल एक्स की वैल्यू जीरो रख लो जो तो एक्स की वैल्यू जीरो रखे तो वाई की वैल्यू की आ जाएगी इस इक्वेशन तो अपने को फिफ्टी तो सूँ एक पॉइंट मिल गया जीरो फिफ्टी पॉइंट मिल गया क्लीयर फिर वाई वैल्यू दैल्यू जीरो रख लो जो तो वाई वैल्यू दैल्यू जीरो रख लिया तो सी वैल्यू मिल जाएगी फिफ्टी जीरो क्लीयर ਹਾਂਜੀ ਹੁਣ ਸਾਡੇ ਕੋਲੇ 2 ਪੁਆਇੰਟਸ ਮਿਲ ਗਏ ਇੱਕ ਤਾਂ 0.50 0.50 ਪੁਆਇੰਟ ਸਾਡੇ ਕੋਲੇ ਇੱਥੇ ਮਿਲੇਗਾ ਤੇ 50 0 ਪੁਆਇੰਟ ਸਾਨੂੰ ਇੱਥੇ ਮਿਲੇਗਾ ਕਲੀਅਰ ਇਹਨਾਂ ਦੋਨਾਂ ਨੂੰ ਜੁਆਇਨ ਕਰ ਦੋ ਵੋ ਦੋਨਾਂ ਨੂੰ ਜੁਆਇਨ ਕਰ ਦੋ ਠੀਕ ਹੈ ਜੀ ਸਾਡੇ ਕੋਲੇ ਲਾਈਨ ਤਾਂ ਮਿਲ ਗਈ ਇਹ ਲਾਈਨ ਦੀ ਇਕੁਏਸ਼ਨ ਕੀ ਆ ਸਾਡੇ ਕੋਲ ਇਸ ਲਾਈਨ ਦੀ ਇਕੁਏਸ਼ਨ ਹੈ x y 50 ਠੀਕ ਹੈ ਜੀ ਹਾਂਜੀ ਹੁਣ ਬੱਚੇ ਅਗਲਾ ਕੰਮ ਕੀ ਹੁੰਦਾ ਕਿ ਅਸੀਂ ਦੇਖਣਾ ਕਿ ਇਸ ਲਾਈਨ ਤੋਂ ਸਾਨੂੰ ਉੱਪਰ ਵਾਲਾ ਹਿੱਸਾ ਚਾਹੀਦਾ ਜਾਂ ਸਾਨੂੰ ਨੀਚੇ ਵਾਲਾ ਹਿੱਸਾ ਚਾਹੀਦਾ ਉਸ ਦੇ ਲਈ ਤੁਸੀਂ ਫਿਰ ਜਾਓ ਇਸ ਇਨ ਇਕੁਐਲਿਟੀ ਤੇ ਦੇਖੋ ਆਪਣੇ ਕੋਲ ਬੱਚੇ लेस दैन ਇਕੁਅਲਸ ਟੂ ਦਾ ਸਾਈਨ ਹੈ ਇੱਕ ਗੱਲ ਹੁਣ ਧਿਆਨ ਨਾਲ ਸੁੰਨਾ ਮੇਰੀ ਕਿ ਜਦੋਂ ਵੀ ਆਪਣੇ ਕੋਲ ਕੁਐਸਚਨ ਦੇ ਵਿੱਚ ਸਭ ਜਗ੍ਹਾ ਤੇ ਪਲੱਸ ਪਲੱਸ ਦੇਖੋ ਇੱਥੇ ਪਲੱਸ ਪਲੱਸ ਕਿਤੇ ਵੀ ਕੋਈ ਮਾਈਨਸ ਨਹੀਂ ਹੈ ਦੈਨ ਜੇ ਆਪਣੇ ਕੋਲ लेस दैन ਇਕਵਲ ਟੂ ਦਾ ਸਾਈਨ ਹੈ ਤਾਂ ਕੀ ਕਰੋਗੇ ਤੁਸੀਂ ਜੋ ਵੀ ਲਾਈਨ ਡਰਾ ਕੀਤੀ ਆ ਉਸ ਦੇ ਜੋ ਖੱਬੇ ਪਾਸੇ ਵਾਲਾ ਹਿੱਸਾ ਹੈ ਠੀਕ ਹੈ ਜੀ ਖੱਬੇ ਪਾਸੇ ਯਾਦ ਰੱਖਣਾ ਖੱਬੇ ਪਾਸੇ ਵਾਲਾ ਹਿੱਸਾ ਤੁਹਾਡੇ ਰੀਜ਼ਨ ਆਏਗਾ ਸਾਰੇ ਵਾਲਾ ਇਧਰ ਵਾਲਾ ਕਲੀਅਰ ਤੇ ਜੇ ਗ੍ਰੇਟਰ दैन ਇਕਵਲ ਟੂ ਦੀ ਹੁੰਦੇ ਥੈਨ ਉਸ ਦੇ ਸੱਜੇ ਪਾਸੇ ਵਾਲਾ ਕਲੀਅਰ ਉੱਪਰ ਵਾਲਾ ਆ ਜਾਣਾ ਸੀ ਆ ਸਮਝ ਗਏ ਹਾਂਜੀ ਜੇ ਆਪਣੇ ਕੋਲ ਕਿਤੇ ਮਾਈਨਸ ਮਾਈਨਸ ਹੁੰਦਾ ਫਿਰ ਆਪਾਂ ਕੀ ਕਰਦੇ ਫਿਰ ਆਪਾਂ ਕੀ ਕਰਦੇ ਕਿ ਆਪਾਂ x ਦੇ ਵੈਲਿਊ ਦੀ ਕੋਈ ਲਾਈਨ ਦੇ ਦੁਸ ਸੱਜੇ ਖੱਬੇ ਪਾਸੇ ਮੰਨ ਲਓ ਖੱਬੇ ਪਾਸੇ ਮੰਨ ਲਓ 0 0 ਹੀ ਹੈ 0 0 ਅਸੀਂ ਇਹਦੇ ਵਿੱਚ ਪੁੱਟ ਕਰਕੇ ਦੇਖਦੇ x ਦੀ ਵੈਲਿਊ 0 ਪੁੱਟ ਕੀਤੀ y ਦੀ ਵੈਲਿਊ 0 ਪੁੱਟ ਕੀਤੀ 0 50 ਮੀਨਸ ਉਹ ਇਸ ਨੂੰ ਸੈਟੀਸਫਾਈ ਕਰਦਾ ਤਾਂ ਫਿਰ ਆਪਣੇ ਕੋਲ ਕੀ ਹੁੰਦਾ ਖੱਬੇ ਪਾਸੇ ਮੀਨਸ ਇੱਕ ਪੁਆਇੰਟ ਪੁੱਟ ਕਰਕੇ ਦੇਖ ਲਓ ਕਿ ਕਿਹੜੇ ਪਾਸੇ ਵਾਲਾ ਪੁਆਇੰਟ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰ ਰਿਹਾ ਬਟ ਜੇ ਆਪਣੇ ਕੋਲੇ ਪਲੱਸ ਪਲੱਸ ਸਭ ਜਗ੍ਹਾ ਤੇ ਹੈ ਫਿਰ ਉਹ ਚੈੱਕ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ ਜੇ ਲੈਸ ਦੈਨ ਇਕਵਲਸ ਟੂ ਤਾਂ ਸਾਈਨ ਆ ਤੇ ਖੱਬੇ ਪਾਸੇ ਵਾਲਾ ਤੇ ਗ੍ਰੇਟਰ ਦੈਨ ਇਕਵਲਸ ਟੂ ਸਾਈਨ ਆ ਤੇ ਸੱਜੇ ਪਾਸੇ ਵਾਲਾ ਸਮਝ ਕੇ ਹਾਂਜੀ ਹੁਣ ਆਪਾਂ ਅਗਲੀ ਲਾਈਨ ਨੂੰ ਦੇਖਦੇ ਹਾਂ ਨੈਕਸਟ ਲਾਈਨ ਹੈਗੀ ਆ 3x y 90 3x y 90 ਦੈਨ y ਨੂੰ ਜਦੋਂ 0 ਰੱਖਿਆ ਆਪਣੇ ਕੋਲੇ ਤਾਂ 3x 90 ਹੋ ਗਿਆ ਤਾਂ x ਦੀ ਵੈਲਿਊ ਆ ਗਈ ਆਪਣੇ ਕੋਲੇ 30 30 0 ਪੁਆਇੰਟ ਆਪਣੇ ਕੋਲੇ ਮਿਲ ਗਿਆ ਜਦੋਂ x ਦੇ ਵੈਲਿਊ ਨੂੰ 0 ਰੱਖਾਂਗੇ ਇਹਦੇ ਵਿੱਚ then ਆਪਣੇ ਕੋਲੇ y ਦੀ ਵੈਲਿਊ ਕੀ ਆ ਜਾਏਗੀ 90 ਤਾਂ 0 90 ਪੁਆਇੰਟ ਸਾਨੂੰ ਮਿਲੇਗਾ ਤਾਂ ਆਪਾਂ ਇਸ ਨੂੰ ਡਰਾ ਕਰਦੇ ਹਾਂ 30 0. a ਪਿਆ ਤੇ 90 0 90 ਪੁਆਇੰਟ a ਪਿਆ ਇਹਨਾਂ ਦੋਨਾਂ ਨੂੰ ਆਪਾਂ ਜੁਆਇਨ ਕਰ ਦਿੰਦੇ ਹਾਂ ਠੀਕ ਹੈ ਜੀ ਇਹ ਜੁਆਇਨ ਕਰ ਦਿੱਤਾ ਤਾਂ ਇਸ ਲਾਈਨ ਦੀ ਇਕੁਏਸ਼ਨ ਹੈ 3x y 90 ਬੱਚੇ ਇੱਕ ਗੱਲ ਧਿਆਨ ਚ ਰੱਖਣਾ ਕਿ ਜਦੋਂ ਤੁਸੀਂ ਲਾਈਨਸ ਡਰਾ ਕਰਦੇ ਹੋ ਨਾ ਤਾਂ ਉਹਨਾਂ ਦੋਨਾਂ ਉਹਨਾਂ ਲਾਈਨਸ ਦੇ ਨਾਲ ਉਹਨਾਂ ਉਸ ਇਕੁਏਸ਼ਨ ਜ਼ਰੂਰ ਲਿਖ ਲੈਣਾ ਕਿਉਂਕਿ ਬਾਅਦ ਵਿੱਚ ਅਸੀਂ ਉਹਨਾਂ ਦੇ ਇੰਟਰਸੈਕਟਿੰਗ ਪੁਆਇੰਟ ਫਾਈਂਡ ਕਰਨੇ ਹੋਣਗੇ ਸਮਝ ਗਏ ਹਾਂਜੀ ਹੁਣ ਇਸ ਲਾਈਨ ਦਾ ਅਸੀਂ ਕੀ ਦੇਖਣਾ ਹੈਗਾ ਕਿ ਕਿਹੜਾ ਰੀਜਨ ਸਾਨੂੰ ਚਾਹੀਦਾ ਇਸ ਦੇ ਲਈ ਅਸੀਂ ਕੀ ਕਰਾਂਗੇ ਅਗੇਨ ਲੈਸ ਦੈਨ ਇਕੁਅਲ ਟੂ ਦਾ ਸਾਈਨ ਹੈ ਤੇ ਇਸ ਲਾਈਨ ਦੇ ਅਸੀਂ ਖੱਬੇ ਪਾਸੇ ਵਾਲਾ ਹਿੱਸਾ ਦੇਖਾਂਗੇ ਖੱਬਾ ਪਾਸੇ ਠੀਕ ਹੈ ਜੀ ਹਾਂਜੀ ਤਾਂ ਹੁਣ ਉਸ ਤੋਂ ਬਾਅਦ ਕੀ ਦੇਖਣਾ ਇਹਨਾਂ ਦੋਨਾਂ ਲਾਈਨਸ ਦਾ ਜੋ ਕਾਮਨ ਰੀਜਨ ਆਇਆ ਜਿੱਥੇ ਦੋ ਲਾਈਨ ਦੋਨੋਂ ਲਾਈਨਸ ਡਰਾ ਹੁੰਦੀਆਂ ਨੇ ਦੋਨਾਂ ਦੀਆਂ ਤਾਂ ਉਹ ਕਿਹੜਾ ਹਿੱਸਾ ਬਣੇਗਾ ਸਾਡੇ ਕੋਲੇ A ਨੂੰ ਮੈਂ ਡਾਰਕ ਕਰ ਦਿੰਨੀ ਆ ਆਪਣੇ ਕੋਲੇ A ਬਣੇਗਾ ਠੀਕ ਹੈ ਜੀ A ਬਣੇਗਾ ਨਾਓ ਹੁਣ A ਇਸ ਰੀਜਨ ਦੇ ਸਾਨੂੰ ਦੇਖੋ ਕਿੰਨੀਆਂ ਕਾਰਨਰਸ ਨੇ 1 2 3 4 ਸਾਨੂੰ ਸਾਰਿਆਂ ਦੇ ਪੁਆਇੰਟਸ ਪਤਾ ਹੋਣੇ ਚਾਹੀਦੇ ਨੇ ਇਹ ਪੁਆਇੰਟ ਕੀ ਹੈਗਾ 0 0 ਸਾਨੂੰ ਪਤਾ ਹੈ A ਪੁਆਇੰਟ ਕੀ ਹੈਗਾ 30 0 A ਪੁਆਇੰਟ ਹੈਗਾ 0 50 ਤਾਂ ਸਾਨੂੰ A ਪੁਆਇੰਟ ਚਾਹੀਦਾ ਹੈ ਇਸ ਨੂੰ ਕੈਲਕੂਲੇਟ ਕਰਨ ਲਈ ਕਿ ਦੋ ਲਾਈਨਸ ਦਾ ਇੰਟਰਸੈਕਟਿੰਗ ਪੁਆਇੰਟ ਹੈ ਇਹ ਦੋ ਲਾਈਨਸ ਦੀ ਇਕੁਏਸ਼ਨਸ ਨੂੰ ਸੋਲਵ ਕਰ ਲੈਣੇ ਹੈ ਕਲੀਅਰ ਇਹਨਾਂ ਨੂੰ ਸੋਲਵ ਕੀਤਾ ਫਰਸਟ ਇਕੁਏਸ਼ਨ 3x y 90 ਸੀ ਦੂਸਰੀ x y 50c ਇਹਨਾਂ ਦੋਨਾਂ ਨੂੰ ਸੋਲਵ ਕਰਦੇ ਆਂ ਤੇ ਇੱਕਦੇ ਨਾਲ 3 ਮਲਟੀਪਲਾਈ ਕਰਕੇ ਤਾਂ ਸੋਲਵ ਕਰਨਾ ਇਹ ਤੁਹਾਨੂੰ ਆਂਦਾ ਹੈ ਸੋਲਵ ਕਰਕੇ ਮੇਰੇ ਕੋਲੇ ਆ ਗਿਆ x ਦੀ ਵੈਲਿਊ 20 ਤੇ y ਦੀ ਵੈਲਿਊ 30 20 30 ਪੁਆਇੰਟ ਮੀਨਸ ਇਹ ਪੁਆਇੰਟ ਸਾਨੂੰ ਮਿਲੇਗਾ 20 ਤੇ 30 ਹਾਂਜੀ ਇੱਥੋਂ ਤੱਕ ਅਸੀਂ ਸੋਲਵ ਕਰ ਲਿਆ ਕਲੀਅਰ ਨਾ ਉਸ ਕੁਐਸਚਨ ਅਸੀਂ ਪੂਰਾ ਸੋਲਵ ਕਰ ਹੀ ਲੈਣੇ ਆਂ ਫੇਰ ਹੀ ਅਸੀਂ ਪੂਰੀਆਂ ਬਾਕੀ ਦੀਆਂ ਜੋ ਟਰਮਸ ਆ ਅਸੀਂ ਇਹਨਾਂ ਨੂੰ ਟਰਮ ਬਾਈ ਟਰਮ ਡਿਸਕਸ ਕਰਾਂਗੇ ਕਿ ਕਿਸ ਨੂੰ ਕੀ ਕਹਿੰਦੇ ਨੇ ਹਾਂਜੀ ਅਸੀਂ ਚਾਰੋਂ ਪੁਆਇੰਟਸ ਫਾਈਂਡ ਕਰ ਲਏ ਕਲੀਅਰ ਨਾ ਹੁਣ ਇਨਾਂ ਚਾਰੋਂ ਪੁਆਇੰਟਸ ਤੇ ਅਸੀਂ ਕੀ ਕਰਾਂਗੇ ਇਸ ਆਬਜੈਕਟਿਵ ਫੰਕਸ਼ਨ ਦੀ ਵੈਲਿਊ ਨੂੰ ਫਾਈਂਡ ਕਰਾਂਗੇ ਚਾਰ ਪੁਆਇੰਟਸ ਕਿਹੜੇ-ਕਿਹਨੇ 0 0 ਹੈ 30 0 ਹੈ 20 30 ਹੈ ਐਂਡ 0 50 ਹੈ ਠੀਕ ਹੈ ਜੀ ਇਨਾਂ ਦੇ ਅਸੀਂ ਸਾਰਿਆਂ ਦੀ ਵੈਲਿਊਜ਼ ਫਾਈਂਡ ਕਰ ਲਈ 0 0 ਤੇ ਵੈਲਿਊ ਫਾਈਂਡ ਕੀਤੀ ਆਬਜੈਕਟਿਵ ਫੰਕਸ਼ਨ ਸਾਡੇ ਕੋਲੇ ਸੀਗਾ 4x y ਆਬਜੈਕਟਿਵ ਫੰਕਸ਼ਨ ਸੀ 4x y z ਇਕੁਅਲਸ ਟੂ 4x y हां जी 0 0 ਤੇ ਅਸੀਂ ਵੈਲਿਊ ਫਾਈਂਡ ਕੀਤੀ 0 0 ਪੁੱਟ ਕੀਤਾ ਤਾਂ z ਦੀ ਵੈਲਿਊ ਆ ਗਈ 0 ਜੇ ਆਪਣੇ ਕੋਲੇ 30 0 ਤੇ ਫਾਈਂਡ ਕਰਾਂਗੇ ਤਾਂ x ਦੀ ਵੈਲਿਊ 30 ਪੁੱਟ ਕਰੋ y ਦੀ ਵੈਲਿਊ 0 ਤਾਂ z ਦੀ ਵੈਲਿਊ ਹੋ ਜਾਏਗੀ 120 20 30 ਤੇ ਆ ਜਾਏਗੀ 110 ਐਂਡ 0 50 ਤੇ ਆ ਜਾਏਗੀ 50 ਅਸੀਂ ਕਰਨਾ ਸੀ ਇਸ ਨੂੰ ਮੈਕਸੀਮਾਈਜ਼ ਤਾਂ ਮੈਕਸੀਮਾਈਜ਼ ਕੀ ਸੀ ਆਪਣੇ ਕੋਲੇ ਵੈਲਿਊ ਕਿਹੜੀ ਹੈ ਦਿਸ ਵਨ ਮੈਕਸੀਮਾਈਜ਼ ਮੈਕਸਮਮ ਵੈਲਿਊ ਆਪਣੇ ਕੋਲੇ ਆ ਤਾਂ ਇਹ ਆਪਣੇ ਕੋਲੇ ਕੀ ਹੋਏਗਾ ਸੋਲੂਸ਼ਨ ਹੋਏਗਾ ਇਸ ਦਾ ਕਲੀਅਰ ਹਾਂਜੀ ਨਾ ਹੁਣ ਦੇਖਦੇ ਆ ਆਪਣੇ ਕੋਲੇ ਇਸ ਦੀਆਂ ਪੂਰੀਆਂ ਟਰਮਸ ਪਹਿਲਾ ਟਰਮ ਹੈਗੀ ਆ ਫਿਜੀਬਲ ਰੀਜ਼ਨ ਫਿਜੀਬਲ ਰੀਜ਼ਨ ਦੇਖੋ ਬੱਚੇ ਕੀ ਹੁੰਦਾ ਹੈ ਫਿਜੀਬਲ ਰੀਜ਼ਨ ਉਹ ਹੁੰਦਾ ਕਿ ਜਦੋਂ ਡਰਾ ਕਰਨ ਤੋਂ ਬਾਅਦ ਸਾਰੇ ਦੀਆਂ ਸਾਰੀਆਂ ਕੰਸਟਰੈਂਟਸ ਨੂੰ ਜਿਹੜਾ ਰੀਜ਼ਨ ਸੈਟੀਸਫਾਈ ਕਰਦਾ ਹੈ ਨਾ ਉਸ ਨੂੰ ਆਪਾਂ ਫਿਜੀਬਲ ਰੀਜ਼ਨ ਬੋਲਦੇ ਆਂ ਕਲੀਅਰ ਹੁਣ ਦੇਖੋ ਇੱਥੇ x 0 y 0 ਹੋਣ ਕਰਕੇ ਫਿਜੀਬਲ ਰੀਜਨ ਹਮੇਸ਼ਾ ਹੀ ਸਾਡਾ ਫਰਸਟ ਕੁਆਡਰੈਂਟ ਬਣੇਗਾ ਫਰਸਟ ਕੁਆਡਰੈਂਟ ਕਲੀਅਰ ਤੇ ਇਨਫਿਜੀਬਲ ਅਨਫਿਜੀਬਲ ਰੀਜਨ ਕੀ ਹੋਏਗਾ ਉਹ ਰੀਜਨ ਹੋਏਗਾ ਜਿਹੜਾ ਆਪਣੇ ਕੋਲਿਆ ਕਨਸਟੈਂਟਸ ਨੂੰ ਸੈਟੀਸਫਾਈ ਨਹੀਂ ਕਰੇਗਾ ਇਹਦਾ ਮਤਲਬ ਬਾਕੀ ਦੇ ਤਿੰਨ ਕੁਆਡਰੈਂਟ ਸੈਕੰਡ ਥਰਡ ਫੋਰਥ ਕੁਆਡਰੈਂਟ ਸਾਡੇ ਕਿਉਂ ਹੋਣਗੇ ਇੱਥੇ ਅਨਫਿਜੀਬਲ ਰੀਜਨਸ ਹੋਣਗੇ ਕਲੀਅਰ हां जी दूसरी ਗੱਲ ਜਦੋਂ ਆਪਣੇ ਕੋਲ ਇਹ ਸੋਲੂਸ਼ਨ ਰੀਜ਼ਨ ਹੈ ਜਿਹਨੂੰ ਮੈਂ ਡਾਰਕ ਕਰ ਦਿੱਤਾ ਜਿਹਨੂੰ ਮੈਂ ਸ਼ੇਅਰ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਨੂੰ ਆਪਾਂ ਫਿਜੀਬਲ ਸੋਲੂਸ਼ਨ ਬੋਲਾਂਗੇ ਫਿਜੀਬਲ ਸੋਲੂਸ਼ਨ ਰੀਜ਼ਨ ਬੋਲਾਂਗੇ ਇਸ ਨੂੰ ਫਿਜੀਬਲ ਸੋਲੂਸ਼ਨ ਬੋਲਾਂਗੇ ਤੇ ਇਸ ਰੀਜ਼ਨ ਦੇ ਵਿੱਚ ਜਿੰਨੇ ਵੀ ਪੁਆਇੰਟਸ ਆਉਂਦੇ ਨੇ ਇਨਕਲੂਡਿੰਗ ਅ ਕਾਰਨਰ ਪੁਆਇੰਟਸ ਠੀਕ ਹੈ ਇਹਨਾਂ ਨੂੰ ਆਪਾਂ ਕੀ ਬੋਲਾਂਗੇ ਫਿਜੀਬਲ ਸੋਲੂਸ਼ਨਸ ਫਿਜੀਬਲ ਸੋਲੂਸ਼ਨਸ ਬੋਲਾਂਗੇ ਕਲੀਅਰ ਹਾਂ ਜੀ ਨੈਕਸਟ ਆਉਂਦਾ ਕਨਵੈਕਸ ਪੋਲੀਗਨ ਦੇਖੋ ਬੱਚੇ ਜਦੋਂ ਆਪਾਂ ਇਸ ਨੂੰ ਡਰਾ ਕੀਤਾ ਇਸ ਸੋਲੂਸ਼ਨ ਰੀਜਨ ਨੂੰ ਡਰਾ ਕੀਤਾ ਤਾਂ ਸਾਡੇ ਕੋਲ ਕੁਝ ਏਵੇਂ ਦਾ ਬਾਉਂਡਡ ਜੀ ਇੱਕ ਫਿਗਰ ਬਣ ਗਈ ਹੈ ਕਲੀਅਰ ਇਸ ਫਿਗਰ ਨੂੰ ਅਸੀਂ ਕਨਵੈਕਸ ਪੋਲੀਗਨ ਬੋਲਦੇ ਹਾਂ ਕਲੀਅਰ ਨੈਕਸਟ ਆਨ ਦਾ ਕਾਰਨਰ ਪੁਆਇੰਟਸ ਜੋ ਸਾਡੇ ਕੋਲ ਕਨਵੈਕਸ ਪੋਲੀਗਨ ਬਣਿਆ ਇਸ ਦੇ ਕਾਰਨਰ ਪੁਆਇੰਟਸ ਅਸੀਂ ਫਾਈਂਡ ਕੀਤੇ ਤਾਂ ਬੱਚੇ ਹਮੇਸ਼ਾ ਹੀ ਯਾਦ ਰੱਖਣਾ ਕਿ ਸਾਨੂੰ ਜਦੋਂ ਅਸੀਂ ਆਪਟੀਮਲ ਸੋਲੂਸ਼ਨ ਜਾਂ ਅਸੀਂ ਸੋਲੂਸ਼ਨ ਫਾਈਂਡ ਕਰਨਾ ਹੈ LPP ਦੇ ਵਿੱਚ ਤਾਂ ਸਾਨੂੰ ਗ੍ਰਾਫੀਕਲ ਮੈਥਡ ਦੇ ਵਿੱਚ ਕਾਰਨਰ ਪੁਆਇੰਟਸ ਦੇ ਹੀ ਸਾਨੂੰ ਸੋਲੂਸ਼ਨ ਮਿਲੇਗਾ ਇਹਨਾਂ ਦੇ ਵਿੱਚੋਂ ਚਾਰ ਕਾਰਨਰ ਪੁਆਇੰਟਸ ਨੇ ਉਹਨਾਂ ਦੇ ਵਿੱਚੋਂ ਇੱਕ ਸੋਲੂਸ਼ਨ ਹੋਏਗਾ ਸਾਡਾ ਪੱਕਾ ਕਲੀਅਰ ਥੈਨ ਆਪਟੀਮਲ ਸੋਲੂਸ਼ਨ ਕੀ ਹੁੰਦਾ ਹੈ ਆਪਟੀਮਲ ਸੋਲੂਸ਼ਨ ਉਹ ਹੁੰਦਾ ਹੈ ਬੱਚੇ ਜੋ ਕਿ ਆਪਣੇ ਕੋਲੇ x ਤੇ y ਦੀ ਉਹ ਵੈਲਿਊ ਆ ਜਾਏ ਜਿਸ ਦੇ ਲਈ ਸਾਡਾ ਆਬਜੈਕਟਿਵ ਫੰਕਸ਼ਨ ਦੀ ਕੀ ਹੈ ਨੂੰ ਸੈਟੀਸਫਾਈ ਕਰੇ ਮੀਨਸ ਆਪਣੇ ਕੋਲੇ ਜਿਵੇਂ ਇੱਥੇ ਮੈਕਸਿਮਮ ਵੈਲਿਊ ਚਾਹੀਦੀ ਇਸ ਦਾ ਮੈਕਸਿਮਮ ਵੈਲਿਊ ਸਾਡੇ ਕੋਲੇ ਕੀ ਆਈ ਹੈ ਕਿਹੜੇ ਪੁਆਇੰਟ ਤੇ ਆਈ ਹੈ 30 0 ਪੁਆਇੰਟ ਤੇ ਆਈ ਹੈ ਕਲੀਅਰ ਤਾਂ ਇਹ ਸਾਡੇ ਕੋਲੇ ਕੀ ਹੋਏਗਾ ਮੈਕਸਿਮਲ ਸੋਲੂਸ਼ਨ ਮੀਨਸ ਆਪਟੀਮਲ ਸੋਲੂਸ਼ਨ ਸਾਡਾ ਇਹ ਹੈ ਠੀਕ ਹੈ ਜੀ ਆਪਟੀਮਲ ਸੋਲੂਸ਼ਨ ਸਾਡਾ ਇਹ ਹੋਏਗਾ 120 ਕਿਹੜੇ ਕਾਰਨਰ ਪੁਆਇੰਟ ਤੇ ਆਇਆ 30 ਠੀਕ ਹੈ ਜੀ ਜੋ ਆਪਟੀਮਲ ਦਾ ਮਤਲਬ ਹੁੰਦਾ ਆਪਟੀਮਲ ਆਪਟੀਮਲ ਦਾ ਮਤਲਬ ਹੁੰਦਾ ਦਾ ਬੈਸਟ ਪੋਸੀਬਲ the best possible ਸਭ ਤੋਂ ਵਧੀਆ ਸਭ ਤੋਂ ਵਧੀਆ ਸੋਲੂਸ਼ਨ ਮੀਨਸ ਠੀਕ ਹੈ ਜੀ ਸਭ ਤੋਂ ਵਧੀਆ ਮੀਨਸ ਆਪਣੇ ਕੋਲ ਇੱਥੇ ਮੈਕਸਿਮਮ ਚਾਹੀਦਾ ਇਸ ਤੇ ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਵਧੀਆ ਸਭ ਤੋਂ ਵੱਡਾ ਮੈਕਸਿਮਮ ਕਿਹੜੀ ਵੈਲਿਊ ਹੋ ਸਾਡਾ ਆਪਟੀਮਲ ਸੋਲੂਸ਼ਨ ਹੈ ਕਲੀਅਰ ਨਾਉ ਨੈਕਸਟ ਹੈਗਾ ਸਾਡੇ ਕੋਲੇ ਬਾਉਂਡਡ ਤੇ ਅਨਬਾਉਂਡਡ ਸੋਲੂਸ਼ਨ ਕੀ ਹੁੰਦਾ ਬੱਚੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਭ ਤੋਂ ਪਹਿਲਾਂ ਅਸੀਂ ਬਾਉਂਡਡ ਦੇਖਦੇ ਹਾਂ ਠੀਕ ਹੈ ਬਾਉਂਡਡ ਨੂੰ ਅਸੀਂ ਡਿਸਕਸ ਕਰਦੇ ਹਾਂ ਬਾਉਂਡਡ ਸੋਲੂਸ਼ਨਸ ਕੀ ਹੁੰਦੇ ਨੇ ਬੱਚੇ ਦੇਖੋ ਆਹ ਜੋ ਅਸੀਂ ਐਗਜ਼ਾਮਪਲ ਕੀਤੀ ਸੀ ਨਾ ਇਹ ਬਾਉਂਡਡ ਸੋਲੂਸ਼ਨ ਦੀ ਸੀ ਮੀਨਸ ਜਦੋਂ ਅਸੀਂ ਡਰਾ ਕੀਤਾ ਤਾਂ ਜੋ ਸਾਡੇ ਕੋਲੇ ਸੋਲੂਸ਼ਨ ਰੀਜਨ ਆਏ ਸਾਰੇ ਪਾਸਿਆਂ ਤੋਂ ਬੰਦ ਹੈ ਦੇਖੋ ਇਧਰੋਂ ਬੰਦ ਹੈ ਸਭ ਕੀ ਤੋਂ ਸੋਲੂਸ਼ਨ ਰੀਜਨ ਸਾਡਾ ਬੰਦ ਹੈ ਦੈਨ ਇਸ ਨੂੰ ਅਸੀਂ ਬਾਉਂਡਡ ਸੋਲੂਸ਼ਨ ਬੋਲਦੇ ਹਾਂ ਬਟ ਜੇ ਮੰਨ ਲਓ ਅਸੀਂ ਸਾਡੇ ਕੋਲੇ ਐਂ ਡਰਾ ਕੀਤਾ ਕਲੀਅਰ ਤਾਂ ਕੁਝ ਨਾ ਕੁਝ ਇੱਕ ਮੈਨੂ ਮੈਂ ਡਰਾਈਨ ਲਾਈਨ ਇੱਥੇ ਡਰਾ ਕੀਤੀ ਇੱਕ ਲਾਈਨ ਡਰਾ ਇੱਧਰ ਕੀਤੀ ਤਾਂ ਆਪਣੇ ਕੋਲੇ ਇੱਧਰ ਲਾ ਰੀਜ਼ਨ ਨਾ ਜਾਂਦਾ ਠੀਕ ਹੈ ਤਾਂ ਉੱਪਰੋਂ ਸਾਰਾ ਓਪਨ ਹੈ ਨਾ ਤਾਂ ਇਸ ਨੂੰ ਕੀ ਬੋਲਦੇ ਆ ਅਸੀਂ ਅਨਬਾਉਂਡਡ ਤਾਂ ਇਸ ਨੂੰ ਅਸੀਂ ਬੋਲਦੇ ਅਨਬਾਉਂਡਡ ਸੋਲੂਸ਼ਨ ਕਲੀਅਰ ਹਾਂਜੀ ਹੁਣ ਬਾਉਂਡਡ ਤੇ ਅਨਬਾਉਂਡਡ ਨੂੰ ਅਸੀਂ ਦੁਬਾਰਾ ਡਿਟੇਲ ਦੇ ਵਿੱਚ ਦੋਨਾਂ ਨੂੰ ਸਟੱਡੀ ਕਰਦੇ ਹਾਂ ਦੇਖੋ ਸੋਲੂਸ਼ਨਸ ਦੋ ਤਰ੍ਹਾਂ ਦੇ ਨੇ ਬਾਉਂਡਡ ਸੋਲੂਸ਼ਨਸ ਤੇ ਅਨਬਾਉਂਡਡ ਸੋਲੂਸ਼ਨਸ ਪਹਿਲਾਂ ਬਾਉਂਡਡ ਸੋਲੂਸ਼ਨਸ ਦੀ ਗੱਲ ਕਰਦੇ ਆ ਇਸ ਦੀਆਂ ਸਾਰੇ ਪੁਆਇੰਟਸ ਨੂੰ ਡਿਸਕਸ ਕਰਾਂਗੇ ਫਿਰ ਅਸੀਂ ਅਨਬਾਉਂਡਡ ਸੋਲੂਸ਼ਨਸ ਨੂੰ ਡਿਸਕਸ ਕਰਾਂਗੇ ਪਹਿਲਾਂ ਬਾਉਂਡਡ ਸੋਲੂਸ਼ਨਸ ਬਾਉਂਡਡ ਸੋਲੂਸ਼ਨਸ ਦੇ ਵਿੱਚ ਦੇਖੋ ਬੱਚੇ ਸੋਲੂਸ਼ਨ ਮਸਟ ਐਗਜ਼ਿਸਟ ਸੋਲੂਸ਼ਨ ਐਗਜ਼ਿਸਟ ਕਰੇਗਾ ਸੋਲੂਸ਼ਨ ਐਗਜ਼ਿਸਟ ਕਰੇਗਾ ਹਮੇਸ਼ਾ ਹੀ ਐਗਜ਼ਿਸਟ ਕਰੇਗਾ ਕਾਰਨਰ ਪੁਆਇੰਟਸ ਤੇ ਸਾਨੂੰ ਸੋਲੂਸ਼ਨ ਮਿਲ ਹੀ ਜਾਏਗਾ ਕਲੀਅਰ ਸੋਲੂਸ਼ਨ ਫਰਮ ਕਾਰਨਰ ਪੁਆਇੰਟਸ ਕਾਰਨਰ ਪੁਆਇੰਟਸ ਤੋਂ ਸਾਨੂੰ ਸੋਲੂਸ਼ਨ ਮਿਲੇਗਾ ਬਾਉਂਡਡ ਸੋਲੂਸ਼ਨਸ ਦੇ ਵਿੱਚ ਸਾਨੂੰ ਮਲਟੀਪਲ ਆਪਟੀਮਲ ਸੋਲੂਸ਼ਨਸ ਵੀ ਮਿਲ ਸਕਦੇ ਨੇ ਇਹ ਦੇਖਦੇ ਹਾਂ ਬੱਚੇ ਹੁਣ ਇਹ ਕੀ ਹੁੰਦਾ ਹੈ ਮਲਟੀਪਲ ਆਪਟੀਮਲ ਸੋਲੂਸ਼ਨਸ ਕੀ ਹੁੰਦੇ ਨੇ ਦੇਖੋ ਇਸ ਦੇ ਲਈ ਮੈਂ ਇੱਕ ਐਗਜ਼ਾਮਪਲ ਲਈ ਹੈ ਮੈਕਸਮਾਈਜ਼ Z ਇਕਵਲ ਟੂ ਦਿਸ ਸਬਜੈਕਟ ਟੂ ਕੰਸਟ੍ਰੈਂਟਸ ਠੀਕ ਹੈ ਜੀ ਇਸ ਨੂੰ ਮੈਂ ਹੁਣ ਦੁਬਾਰਾ ਡਰਾ ਨਹੀਂ ਕਰਾਂਗੇ ਮੈਂ ਆਲਰੇਡੀ ਡਰਾ ਕਰਕੇ ਰੱਖ ਲਿਆ ਬੱਚੇ ਪਹਿਲੀ ਇਕੁਏਸ਼ਨ ਸੀ x plus 3y to 60 x plus 3y to 60 ਨੂੰ ਮੈਂ ਲਾਈਨ ਨੂੰ ਡਰਾ ਕਰ ਲਿਆ ਠੀਕ ਹੈ ਜੀ ਫਿਰ x plus y to 10 ਨੂੰ ਡਰਾ ਕੀਤਾ x to y ਨੂੰ ਡਰਾ ਕੀਤਾ ਤਾਂ ਮੇਰੇ ਕੋਲੇ ਸੋਲੂਸ਼ਨ ਦੀਸਨ ਥਿਸ ਵਨ ਆ ਗਿਆ ਤਾਂ ਪੁਆਇੰਟਸ ਮੇਰੇ ਕਾਰਨਰ ਪੁਆਇੰਟਸ a b c d a ਤੇ ਵੈਲਿਊ 90 b ਤੇ ਵੈਲਿਊ 60 c ਤੇ ਵੈਲਿਊ 180 d ਤੇ ਵੈਲਿਊ 180 ਮੈਕਸਿਮਾਈਜ਼ ਦਾ ਕੁਐਸਚਨ ਸੀ ਤਾਂ ਦੇਖੋ ਹੁਣ ਆਪਣੇ ਕੋਲੇ ਦੋ ਮੈਕਸਿਮਮ ਵੈਲਿਊਜ਼ ਆ ਗਈਆਂ 180 180 ਕਲੀਅਰ ਕਿਹੜੇ ਪੁਆਇੰਟਸ ਤੇ ਆਉਂਦੇ ਨੇ ਸੀ ਪੁਆਇੰਟ ਤੇ 180 ਆ ਗਈ ਡੀ ਪੁਆਇੰਟ ਤੇ 180 ਆ ਗਈ ਹੁਣ ਅਸੀਂ ਕੀ ਕਰੀਏ ਹੁਣ ਪਿਛਲੇ ਤਰੀਕੇ ਦੇ ਨਾਲ ਸਾਨੂੰ ਨਹੀਂ ਪਤਾ ਚੱਲ ਰਿਹਾ ਕਿ ਮੈਕਸਿਮਮ ਵੈਲਿਊ ਕਿਹੜੀ ਹੈ ਤਾਂ ਬੱਚੇ ਜਦੋਂ ਇਸ ਤਰ੍ਹਾਂ ਦਾ ਹੋਵੇ ਦੋ ਕਾਰਨਰ ਪੁਆਇੰਟਸ ਤੇ ਸਾਨੂੰ ਸੇਮ ਵੈਲਿਊ ਮਿਲ ਜਾਵੇ ਥੈਨ ਅਸੀਂ ਕੀ ਕਵਾਂਗੇ ਇਸ ਪੂਰੀ ਲਾਈਨ ਤੇ ਹੀ ਸਾਨੂੰ ਸੋਲੂਸ਼ਨ ਮਿਲ ਰਿਹਾ ਜੋ ਇਹ ਨਾ ਦੋਨੋਂ ਪੁਆਇੰਟਸ ਨੂੰ ਜੁਆਇਨ ਕਰਦੀ ਹੈ ਨਾ ਲਾਈਨ ਇਨਾਂ ਦੋਨਾਂ ਇਸ ਲਾਈਨ ਤੇ ਹੀ ਸਾਨੂੰ ਸੋਲੂਸ਼ਨ ਮਿਲ ਰਿਹਾ ਤਾਂ ਇਸ ਲਾਈਨ ਤੇ ਕਿੰਨੇ ਪੁਆਇੰਟਸ ਨੇ ਇਨਫਾਈਨਿਟ ਮੈਨੀ ਤਾਂ ਸਾਨੂੰ ਕੀ ਮਿਲ ਗਿਆ ਇੱਥੇ ਮਲਟੀਪਲ ਆਪਟੀਮਲ ਸੋਲੂਸ਼ਨਸ ਮਲਟੀਪਲ ਆਪਟੀਮਲ ਸੋਲੂਸ਼ਨਸ ਤਾਂ ਇਸ ਦਾ ਮਤਲਬ ਕੀ ਹੋਇਆ ਅਸੀਂ ਕਵਾਂਗੇ ਜਦੋਂ ਇੱਕ ਤੋਂ ਜ਼ਿਆਦਾ ਕਾਰਨਰ ਪੁਆਇੰਟਸ ਤੇ ਸਾਨੂੰ ਸੇਮ ਵੈਲਿਊ ਮਿਲ ਜੇ ਕਲੀਅਰ ਮੈਕਸਿਮਮ ਦਾ ਮੈਕਸਿਮਮ ਵੈਲਿਊ ਮਿਲ ਜੇ ਜੇ ਮਿਨੀਮਮ ਇਤਦਾ ਕੁਐਸਚਨ ਹੈ ਤਾਂ ਮਿਨੀਮਮ ਵੈਲਿਊ ਮਿਲ ਜੇ ਤਾਂ ਅਸੀਂ ਉਸ ਕੇਸ ਦੇ ਵਿੱਚ ਕੀ ਕਵਾਂਗੇ ਸਾਨੂੰ ਮਲਟੀਪਲ ਆਪਟੀਮਲ ਸੋਲੂਸ਼ਨਸ ਮਿਲ ਰਹੇ ਨੇ ਕਲੀਅਰ ਬੱਚੇ ਨਾਉ ਨੈਕਸਟ ਆਜੋ ਅਗੇਨ ਆਪਣੇ ਕੋਲੇ ਇਹ ਬਾਉਂਡਡ ਦੇ ਸਾਰੇ ਪੁਆਇੰਂਟਸ ਡਿਸਕਸ ਹੋ ਗਏ ਹੁਣ ਅਨਬਾਉਂਡਡ ਸੋਲੂਸ਼ਨਸ ਦੇ ਪੁਆਇੰਂਟਸ ਡਿਸਕਸ ਕਰਦੇ ਆਂ ਦੇਖੋ ਬੱਚੇ ਅਨਬਾਉਂਡਡ ਸੋਲੂਸ਼ਨ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿਵੇਂ ਦਾ ਉਸ ਦੇ ਵਿੱਚ ਅਨ ਬਾਉਂਡਡ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਨੂੰ ਸੋਲੂਸ਼ਨ ਮਿਲੇ ਜਾਂ ਨਾ ਮਿਲੇ ਸੋਲੂਸ਼ਨ ਮੇ অর ਮੇ ਨਾਟ ਐਗਜ਼ਿਸਟ ਕਲੀਅਰ ਅੱਛਾ ਹੁਣ ਚੈੱਕ ਕਿਵੇਂ ਦੇਖਾਂਗੇ ਉਸ ਦੇ ਲਈ ਸਾਨੂੰ ਵੈਰੀਫਾਈ ਕਰਨਾ ਪੈਂਦਾ ਤਾਂ ਉਸ ਦੇ ਲਈ ਮੈਂ ਇੱਕ ਕੁਐਸਚਨ ਤੁਹਾਡੇ ਲਈ ਲੈ ਕੇ ਆਈਆਂ ਦੇਖੋ ਬੱਚੇ ਆਪਣੇ ਕੋਲ ਇੱਕ ਕੁਐਸਚਨ ਕੀ ਹੈ ਅਨ ਬਾਉਂਡਡ ਸੋਲੂਸ਼ਨ ਮਿਨੀਮਾਈਜ਼ ਦਾ ਕੁਐਸਚਨ ਹੈ ਜ਼ -50x plus 2y ਸਬਜੈਕਟ ਟੂ ਮੇਰੇ ਕੋਲੇ ਕਨਸਟ੍ਰੈਂਟਸ ਨੇ ਠੀਕ ਹੈ ਬੱਚੇ ਮੈਂ ਇਹਨਾਂ ਸਾਰਿਆਂ ਨੂੰ ਡਰਾ ਕਰ ਲਿਆ ਇੱਕ ਫਸਟ 2x y -5 ਦੀ ਲਾਈਨ ਇਹ ਹੈ 3x y 3 ਦੀ ਲਾਈਨ ਦਿਸ ਵਨ ਹੈ 2x 3y 12 ਦੀ ਲਾਈਨ ਮੇਰੇ ਕੋਲੇ ਹੈ ਦਿਸ ਵਨ ਠੀਕ ਹੈ ਜੀ ਸਾਰੀਆਂ ਲਾਈਨਸ ਨੂੰ ਡਰਾ ਕਰ ਲਿਆ ਮੇਰੇ ਕੋਲੇ ਕਿਹੜੇ ਕਿਹੜੇ ਕਾਰਨਰ ਪੁਆਇੰਟਸ ਮਿਲੇ 0 5 ਮਿਲਿਆ 1 0 ਮਿਲਿਆ ਠੀਕ ਹੈ ਜੀ 6 0 ਮਿਲਿਆ ਐਂਡ ਅ 03 03 ਮਿਲਿਆ ਠੀਕ ਹੈ ਜੀ ਜਿੱਥੇ ਜਿੱਥੇ ਆ ਕੱਟ ਕਰ ਰਹੀਆਂ ਨੇ ਫਿਜ਼ੀਬਲ ਰੀਜਨ ਇਸ ਪੋਜੀਟਿਵ ਜੋ ਆਪਣੇ ਕੋਲ ਕੁਆਡਰੈਂਟ ਹੈ ਫਰਸਟ ਕੁਆਡਰੈਂਟ ਨੂੰ ਜਿੱਥੇ ਜਿੱਥੇ ਕੱਟ ਕਰ ਰਿਹਾ ਨੇ ਉਹ ਸਾਰੇ ਪੁਆਇੰਟਸ ਮੈਂ ਲੈ ਲੇ ਕਲੀਅਰ ਹਾਂਜੀ ਹੁਣ ਦੇਖੋ ਆਪਣੇ ਕੋਲ ਮਿਨੀਮਮ ਵੈਲਿਊ ਕਿ -300 ਹੈ ਤੇ ਮੈਕਸਿਮਮ ਵੈਲਿਊ ਇੱਥੇ 100 ਹੈ ਆਪਾਂ ਇਹ ਚੈੱਕ ਕਰਨਾ ਹੁਣ ਇਸ ਕੁਐਸਚਨ ਦੇ ਵਿੱਚ ਅਨਬਾਉਂਡਡ ਦੇ ਵਿੱਚ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਕਿ ਇਹ ਸਾਡੇ ਕੋਲ ਮਿਨੀਮਮ ਤੇ ਮੈਕਸਿਮਮ ਵੈਲਿਊਜ਼ ਬਣਣੀਆਂ ਜਾਂ ਨਹੀਂ ਬਣਣੀਆਂ ਉਸਦੇ ਲਈ ਕੀ ਕਰਨਾ ਹੁੰਦਾ ਸਭ ਤੋਂ ਪਹਿਲਾਂ ਅਸੀਂ ਮਿਨੀਮਮ ਵੈਲਿਊ ਨੂੰ ਚੈੱਕ ਕਰਦੇ ਹਾਂ ਕਲੀਅਰ ਤਾਂ ਕੀ ਕਰਨਾ ਹੈ ਮਿਨੀਮਮ ਵੈਲਿਊ ਅਬਜੈਕਟਿਵ ਫੰਕਸ਼ਨ ਲੋ ਅਬਜੈਕਟਿਵ ਫੰਕਸ਼ਨ -50x 20y ਠੀਕ ਹੈ ਜੀ ਜੇ ਮਿਨੀਮਮ ਚੈੱਕ ਕਰਨਾ ਤਾਂ ਲੈਸ ਦਨ ਦਾ ਸਾਈਨ ਲੈਸ ਦਨ ਕਿਸ ਨੂੰ ਚੈੱਕ ਕਰਨਾ -300 ਨੂੰ ਕਲੀਅਰ ਜੇ ਮੈਕਸਿਮਮ ਚੈੱਕ ਕਰਨੋਗਾ ਫਿਰ ਇੱਥੇ ਗ੍ਰੇਟਰ ਦਨ ਦਾ ਸਾਈਨ ਆਏਗਾ ਬਟ ਹੁਣ ਮਿਨੀਮਮ ਚੈੱਕ ਕਰਨਾ ਤਾਂ ਲੈਸ ਦਨ ਦਾ ਸਾਈਨ ਤਾਂ ਇਹ ਇਨਕੁਐਲਿਟੀ ਮੇਰੇ ਕੋਲ ਕੀ ਬਣ ਚੁਗੀ ਕਾਮਨ ਲੈ ਲਓ ਬੱਚੇ 10 ਨੂੰ ਕਮਨ ਲਿਆ -5x 2y -30 ਤਾਂ ਇਹ ਬਣ ਗਿਆ ਆਪਣੇ ਕੋਲੇ ਇਸ ਨੂੰ ਇਨਕੁਐਲਿਟੀ ਨੂੰ ਇਕੁਏਸ਼ਨ ਫਾਰਮ ਚ ਲਿਖਿਆ ਦਿਸ ਬਣ ਗਿਆ ਅਗੇਨ ਆਪਾਂ ਇਸ ਇਕੁਏਸ਼ਨ ਨੂੰ ਡਰਾ ਕਰ ਲਾਂਗੇ ਇੱਥੇ x 0 ਨੂੰ ਪੁੱਟ ਕੀਤਾ ਤਾਂ y ਦੀ ਵੈਲਿਊ ਆ ਗਈ -15 ਤਾਂ ਪੁਆਇੰਟ ਆਪਣੇ ਕੋਲ ਮਿਲ ਗਿਆ 0 15 ਜਦੋਂ y ਨੂੰ 0 ਪੁੱਟ ਕੀਤਾ ਤਾਂ x ਦੀ ਵੈਲਿਊ ਮਿਲ ਗਈ ਆਪਣੇ ਕੋਲੇ 6 ਠੀਕ ਹੈ ਜੀ ਪੁਆਇੰਟ ਮਿਲ ਗਿਆ ਆਪਣੇ ਕੋਲੇ 6 0 ਤਾਂ 8 થી ਆਪਣੇ ਕੋਲੇ ਡਰਾ ਕੀਤਾ -0 -15 ਬੱਚੇ ਕਾਫੀ ਨੀਚੇ ਜਾਣਾ ਸੀ ਆ ਠੀਕ ਹੈ ਜੀ ਤੇ 6 0 ਤਾਂ ਆਪਣੇ ਕੋਲੇ ਇਹ ਕਿਵੇਂ ਪਤਾ ਚੱਲੇਗਾ ਕਿ ਲਾਈਨ ਡਰਾ ਕਰਵਾਂ ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੁੰਦਾ ਇਧਰੋਂ ਕੋਈ ਇੱਕ ਪੁਆਇੰਟ ਲੈ ਲਓ ਉਸ ਨੂੰ ਪੁੱਟ ਕਰਕੇ ਦੇਖ ਲਓ ਜਿਵੇਂ ਇੱਥੇ 8 5 ਪੁਆਇੰਟ ਨੂੰ ਪੁੱਟ ਕਰਕੇ ਦੇਖੋ 8 ਕਮਾ 5 ਨੂੰ ਪੁੱਟ ਕਰਕੇ ਦੇਖੋ ਇਸ ਦੇ ਵਿੱਚ ਸੈਟੀਸਫਾਈ ਕਰਦਾ ਮੈਂ ਦੇਖੋ ਮੈਂ ਪੁੱਟ ਕਰਦੀ ਆ x ਦੀ ਵੈਲ 8 ਕਮਾ 5 ਨੂੰ ਪੁੱਟ ਕਰ ਰਹੀ ਆ 8 40, 40, 5 40 40 5 2 10 -30 ਠੀਕ ਹੈ ਜੀ ਸੈਟੀਸਫਾਈ ਕਰ ਰਿਹਾ ਤਾਂ ਉਹਨਾਂ ਦੋਨਾਂ ਨੂੰ ਜੁਆਇਨ ਕਰ ਦੋ ਕਲੀਅਰ ਅੱਛਾ ਹੁਣ ਆਪਾਂ ਇਹ ਚੈੱਕ ਕਰਨਾ ਹੈ ਕਿ -300 ਇਹ ਮਿਨੀਮਮ ਵੈਲਿਊ ਹੈ ਇਸ ਮਿਨਮਾਈਜ਼ ਦੇ ਕੁਐਸਚਨ ਲਈ ਜਾਂ ਨਹੀਂ ਹੈ ਤਾਂ ਉਸ ਦੇ ਲਈ ਕੀ ਬੱਚੇ ਪਹਿਲਾਂ ਲਾਈਨ ਦਾ ਕਰ ਲਈ ਜੇ ਉਸ ਲਾਈਨ ਦੇ ਉਸ ਜਿਹੋ ਲਾਈਨ ਇਸ ਆਪਣੇ ਕੋਲੇ ਅਨਬਾਉਂਡਡ ਰੀਜਨ ਦੇ ਵਿੱਚ ਉਹ ਲਾਈਨ ਆਂਦੀ ਹੈ ਠੀਕ ਹੈ ਜੇ ਉਹ ਲਾਈਨ ਆਂਦੀ ਹੈ ਦੈਨ ਆਪਣੇ ਕੋਲੇ -300 ਕੀ ਹੈ ਇਹ ਅਨਸਰ ਨਹੀਂ ਆ ਸਾਡਾ ਮੀਨਸ ਇਹ ਮਿਨੀਮਮ ਵੈਲਿਊ ਨਹੀਂ ਹੈ ਕਲੀਅਰ ਜੇ ਇਹ ਲਾਈਨ ਇਸ ਅਨਬਾਉਂਡਡ ਰੀਜਨ ਦੇ ਵਿੱਚ ਨਹੀਂ ਆਂਦੀ ਦੈਨ ਇਹ ਕੀ ਬਣ ਜਾਂਦਾ ਆਪਣੇ ਕੋਲੇ ਮਿਨੀਮਮ ਵੈਲਿਊ ਬਣ ਜਾਂਦੀ ਹੁਣ ਤਾਂ ਇਸ ਲਾਈਨ ਨੂੰ ਆਪਾਂ ਡਰਾ ਕੀਤਾ ਤਾਂ ਇਹ ਕੀ ਹੈ ਇਸ ਅਨਬਾਉਂਡਡ ਰੀਜਨ ਦੇ ਵਿੱਚ ਆ ਗਈ ਤੇ ਇਸ ਦੇ ਉੱਪਰ ਜਿੰਨੇ ਵੀ ਪੁਆਇੰਟਸ ਨੇ ਠੀਕ ਹੈ ਉਹ ਅਨਬਾਉਂਡਡ ਇਸ ਸੋਲੂਸ਼ਨ ਰੀਜਨ ਦੇ ਵਿੱਚ ਆ ਰਹੇ ਨੇ ਕਲੀਅਰ ਇਸ ਦਾ ਮਤਲਬ ਕੀ ਹੈ -300 ਸਾਡੇ ਕੋਲੇ ਮਿਨੀਮਮ ਵੈਲਿਊ ਨਹੀਂ ਹੈ ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਇਸ ਕੁਐਸਚਨ ਦੇ ਲਈ ਕੋਈ ਵੀ ਮਿਨੀਮਮ ਵੈਲਿਊ ਐਗਜ਼ਿਸਟ ਨਹੀਂ ਕਰਦੀ ਕਲੀਅਰ ਹਾਂਜੀ ਨਾ ਹੁਣ ਅਸੀਂ ਦੇਖਦੇ ਹਾਂ ਕਿ ਮੈਕਸਿਮਮ ਵੈਲਿਊ 100 ਇਹ ਸੈਟੀਸਫਾਈ ਕਰੇਗੀ ਇਹ ਐਗਜ਼ਿਸਟ ਕਰੇਗੀ ਮੈਕਸਿਮਮ ਵੈਲਿਊ ਤਾਂ ਉਸ ਦੇ ਲਈ ਕੀ ਕਰਦੇ ਹਾਂ ਆਪਣੇ ਕੋਲ ਅਗੇਨ ਆਬਜੈਕਟਿਵ ਫੰਕਸ਼ਨ ਲਿਆ -50x 20y ਤਾਂ ਮੈਕਸਿਮਮ ਵੈਲਿਊ ਚੈੱਕ ਕਰਨੀ ਆ ਤਾਂ ਗ੍ਰੇਟਰ ਥੈਨ ਦਾ ਸਾਈਨ ਆਏਗਾ ਤੇ ਕਿਸ ਨੂੰ ਚੈੱਕ ਕਰਨਾ 100 ਨੂੰ ਅਗੇਨ ਆਪਾਂ 10 ਨੂੰ ਕਾਮਨ ਲੈ ਲਿਆ -5x 2y 10 ਇਸ ਲਾਈਨ ਨੂੰ ਸੀ ਡਰਾ ਕਰਦੇ ਆ x ਦੀ ਵੈਲਿਊ ਜਦੋਂ 0 ਰੱਖੀ ਤਾਂ ਆਪਣੇ ਕੋਲ ਪੁਆਇੰਟ ਮਿਲ ਗਿਆ 0 5 ਠੀਕ ਹੈ ਜੀ 0 5 ਪੁਆਇੰਟ ਸਾਡੇ ਕੋਲੇ ਇੱਥੇ ਪਿਆ ਆ ਪਿਆ ਥਿਸ ਵਨ ਥਿਸ ਵਨ 0 5 ਪੁਆਇੰਟ ਇਹ ਹੈ ਜਦੋਂ y ਦੀ ਵੈਲਿਊ 0 ਰੱਖੀ ਤਾਂ ਸਾਡੇ ਕੋਲ ਪੁਆਇੰਟ ਆ ਗਿਆ -2 0 ਤਾਂ -2 0 ਪੁਆਇੰਟ ਮੀਨਸ ਥਿਸ ਵਨ ਠੀਕ ਹੈ ਜੀ ਇਹਨਾਂ ਨੂੰ ਮੈਂ ਡਾਟਡਰ ਲਾਈਨ ਦੇ ਨਾਲ ਜੁਆਇਨ ਕਰ ਦਿੱਤਾ ਡਾਟਡਰ ਲਾਈਨ ਦੇ ਨਾਲ ਜੁਆਇਨ ਕਰ ਦਿੱਤਾ ਹੁਣ ਦੇਖੋ ਬੱਚੇ ਲਾਈਨ ਮੇਰੇ ਕੋਲ ਇੱਥੋਂ ਪਾਸ ਕਰ ਰਹੀ ਹੈ ਕਲੀਅਰ ਲਾਈਨ ਮੇਰੇ ਕੋਲ ਇਹ ਪਾਸ ਕਰ ਰਹੀ ਹੈ ਤਾਂ ਸੋਲੂਸ਼ਨ ਮੇਰਾ ਰੀਜਨ ਇਹ ਸੀ ਇੱਕ ਕਾਰਨਰ ਪੁਆਇੰਟ ਦੇ ਵਿੱਚੋਂ ਪਾਸ ਕਰ ਰਹੀ ਹੈ ਬਟ ਸੋਲੂਸ਼ਨ ਪੂਰੇ ਰੀਜਨ ਦੇ ਵਿੱਚੋਂ ਪਾਸ ਨਹੀਂ ਕਰ ਰਹੀ ਧਰਫੋਰ ਆਪਣੇ ਕੋਲੇ ਕੀ ਹੋਏਗਾ ਇਸ ਦੇ ਰੀਸੋਲੂਸ਼ਨ ਰੀਜਨ ਦੇ ਨਾਲ ਅਨਬਾਉਂਡਡ ਰੀਜਨ ਦੇ ਨਾਲ ਕੋਈ ਵੀ ਪੁਆਇੰਟ ਕਾਮਨ ਨਹੀਂ ਹੈ ਤਾਂ ਇਸ ਪੁਆਇੰਟ ਤੇ ਆਪਣੇ ਕੋਲੇ ਮੈਕਸਿਮਮ ਵੈਲਿਊ ਮਿਲ ਜਾਏਗੀ ਬਟ ਮਿਨੀਮਮ ਵੈਲਿਊ ਨਹੀਂ ਮਿਲੇਗੀ ਸਮਝ ਗਏ ਤਾਂ ਆਪਾਂ ਕੀ ਕਹਿ ਸਕਦੇ ਆ ਕਿ ਅਨ ਬਾਉਂਡਡ ਸੋਲੂਸ਼ਨਸ ਦੇ ਲਈ ਜਦੋਂ ਆਪਣੇ ਕੋਲੇ ਅਨ ਬਾਉਂਡਡ ਸੋਲੂਸ਼ਨ ਰੀਜ਼ਨ ਹੁੰਦਾ ਤਾਂ ਸੋਲੂਸ਼ਨ ਐਗਜ਼ਿਸਟ ਕਰ ਵੀ ਸਕਦਾ ਤੇ ਨਹੀਂ ਵੀ ਕਰ ਸਕਦਾ ਕਲੀਅਰ ਹਾਂਜੀ ਬੱਚੇ ਹੋਪਸ ਆ ਤੁਹਾਨੂੰ ਇਹ ਸਾਰੇ ਕੁਐਸ਼ਨਸ ਸਮਝ ਆ ਗਏ ਹੋਣਗੇ ਬੱਚੇ ਜੇ ਤੁਸੀਂ ਇੰਨਾ ਵੀ ਕਰ ਲੈਂਦੇ ਹੋ ਨਾ ਬਹੁਤ ਅੱਛੀ ਤਰ੍ਹਾਂ ਤਾਂ ਤੁਹਾਡੇ 2 ਮਾਰਕਸ ਪੱਕੇ ਨੇ ਕਲੀਅਰ ਇਸ ਤੋਂ ਬਾਅਦ ਅਸੀਂ ਇਸ ਦੀਆਂ ਕੁਝ ਐਮਸੀਕਿਊਸ ਲੈ ਕੇ ਆਵਾਂਗੇ ਇੱਕ ਵੀਡੀਓ ਦੇ ਵਿੱਚ ਬਹੁਤ ਈਜ਼ੀ ਨੇ ਜੇ ਤੁਸੀਂ ਉਹ ਐਮਸੀਕਿਊਸ ਦੇਖਣੇ ਆ ਬੱਚੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਉਹ ਨੋਟੀਫਿਕੇਸ਼ਨ ਮਿਲ ਸਕੇ ਤੇ ਸਭ ਤੋਂ ਪਹਿਲਾਂ ਤੁਸੀਂ ਇਸ ਐਮਸੀਕਿਊਸ ਦੀਆਂ ਵੀਡੀਓਜ਼ ਨੂੰ ਦੇਖ ਲਓ ਨਾ ਓਕੇ ਬਾਏ ਬਾਏ ਬੱਚੇ ਮੈਂ ਦੁਬਾਰਾ ਆਵਾਂਗੀ ਤੁਹਾਡੇ ਲਈ ਐਮਸੀਕਿਊਸ ਨੂੰ ਲੈ ਕੇ ਓਕੇ